टोक्यो ओलंपिक दे विच वेटलिफ्टिंग मुकाबले दे दौरान सिल्वर मैडल जीतो खिडारन वीराबाई चानू दे कोच संदीप कुमार दा टांडा विखे पहुंचन ते आम आदमी पार्टी दे आगू जसवीर सिंह राजा वल्लों निघा स्वागत किया गया। इस मौके जसवीर सिंह राजा की समुची टीम दे वल्लों मीराबाई चानू दे कोच संदीप कुमार नू शानदार ट्रॉफी दे के सन्मानित किया गया। उन्होंने कहा कि ओलंपिक दीआं तैयारियां नू लैके खिडारियों दे वल्लों सख्त मेहनत की गई सी अते केंद्र सरकार भी ओलंपिक्स नू लैके काफ़ी उत्साहित है। उन्होंने कहा कि हुण तक हुईआं खेडां दे विच भारतीय खिडारियों दे वल्लों शानदार प्रदर्शन किया गया। उन्होंने आस है कि ओलंपिक दे विच भारतीय खिडारियों दे वल्लों होर भी वधिया प्रदर्शन करदिआं हुईआं देश दा नाम पूरी दुनिया दे विच उच्चा किया जाएगा। ਇੱਥੇ ਟਾਂਡੇ ਆਏ ਜਸਵੀਰ ਸਿੰਘ ਰਾਜਾ ਭਾਅ ਜੀ ਨੇ ਮੇਰਾ ਆਉਣ 'ਤੇ ਮਾਣ ਸਤਿਕਾਰ ਕੀਤਾ। ਮੈਂ ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਸ਼ੁਕਰ ਗੁਜ਼ਾਰਿਆਂ। ਸਰ ਓਲੰਪਿਕ ਗੇਮਸ ਦੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਸੀਗੀਆਂ, ਜਿਸ ਨੂੰ ਲੈ ਕੇ ਜਿਹੜਾ ਓਲੰਪਿਕ ਗੇਮ ਦੀਆਂ ਸੈਂਟਰ ਗੌਰਮੈਂਟ ਇਸ ਵੇਲੇ ਬਹੁਤ ਸਪੋਰਟਸ ਲਈ ਉਤਸ਼ਾਹਿਤ ਆ। ਓਲੰਪਿਕ ਗੇਮ ਬਹੁਤ ਵਧੀਆ ਤਿਆਰੀਆਂ ਸੀਗੀਆਂ। ਅਸੀਂ ਪਹਿਲਾਂ ਥੋੜ੍ਹਾ ਜਿਹਾ USA ਚਲ ਗਏ 3 ਮਹੀਨੇ ਆਪਣੇ ਕੈਂਪ ਦੇ ਵਿੱਚ। ਅਸੀਂ ਉੱਥੇ ਹੀ ਕੈਂਪ ਲਾਇਆ ਵੀ ਜਿੱਥੇ ਸਾਨੂੰ ਜ਼ਿਆਦਾ ਫੈਸਿਲਿਟੀ ਮਿਲ ਸਕੇ, ਅਤੇ ਉੱਥੇ ਸਾਨੂੰ ਕਾਫੀ ਵਧੀਆ ਫੈਸਿਲਿਟੀ ਮਿਲੀ ਆ। ਉਸ ਕਰਕੇ ਅਸੀਂ ਸਿੱਧੇ ਉੱਥੇ ਟੋਰਾਂਟੋ ਸੋਰੀ ਆਪਣੇ ਟੋਕੀਓ ਚਲ ਗਏ, ਅਤੇ ਉੱਥੇ ਅਸੀਂ ਬੈਸਟ ਟੋਟਲ ਦੇ ਸਕੇ ਹਾਂ, ਵਧੀਆ ਮੈਡਲ ਲੈ ਸਕੇ ਹਾਂ। ਅਗਲੇ ਆਉਣ ਵਾਲੇ ਭਵਿੱਖ ਬਾਰੇ ਕਿਸ ਤਰ੍ਹਾਂ ਤੁਸੀਂ ਰੱਖਦੇ ਹੋ, ਕਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਬੇਲਟੀ ਦੇ ਵਿੱਚ ਮੀਰਾਬਾਈ ਚਾਨੂ ਦੇ ਅਸੀਂ ਫਿਰ ਆਸ ਕਰ ਸਕਦੇ ਹਾਂ। ਅਸੀਂ ਉਹਨੂੰ ਉਸ ਗੱਲ ਲਈ ਪ੍ਰਪੇਅਰ ਵੀ ਕੀਤਾ ਆ ਕਿ ਮੀਰਾਬਾਈ ਵੀ ਆਪਾਂ ਨੈਕਸਟ ਜਿਹੜਾ ਟੂਰਨਾਮੈਂਟ ਓਲੰਪਿਕ ਗੇਮਸ ਆ ਉਹ ਆਪਾਂ ਕਰਨਾ ਹੈ, ਅਤੇ ਉਹਦੇ ਵਿੱਚ ਆਪਾਂ ਗੋਲਡ ਮੈਡਲ 'ਤੇ ਵੀ ਹੱਕਦਾਰ ਹੈਗੇ ਹਾਂ, ਆਪਾਂ ਲੈ ਸਕਦੇ ਹਾਂ, ਕੋਈ ਐਡੀ ਵੱਡੀ ਗੱਲ ਨਹੀਂ। ਜੇ ਆਪਾਂ ਸਿਲਵਰ ਲਿਆ ਤਾਂ ਆਪਾਂ ਗੋਲਡ 'ਤੇ ਵੀ ਹੱਕਦੇ ਹਾਂ। ਇਹ ਆ ਥੋੜ੍ਹਾ ਸਾ ਸਾਨੂੰ ਮਿਹਨਤ ਕਰਨੀ ਪੈਣੀ ਆ। ਬਾਕੀ ਨੈਕਸਟ ਯੀਅਰ ਕੌਣ ਮੈਂ ਗੇਮਾਂ ਆ, ਮੇਨ ਟੀਚਾ ਉਹਦਾ ਕੌਣ ਮੈਂ ਗੇਮਸ ਏਸ਼ੀਅਨ ਗੇਮਾਂ ਦਾ, ਅਤੇ ਉਸ ਤੋਂ ਬਾਅਦ ਜੋ 1 ਸਾਲ ਹੋਊਗਾ ਪੂਰੀ ਤਿਆਰੀ ਉਹਦੀ ਫਿਰ ਓਲੰਪਿਕ ਗੇਮ ਲਈ ਤਿਆਰੀ ਕੀਤੀ ਜਾਊਗੀ। ਪੂਰਾ ਆਸ ਪੂਰੀ ਰੱਖੋ, ਸਾਨੂੰ ਤਾਂ ਹੈਗੀ ਆਸ ਵੀ ਗੋਲਡ ਪੱਕਾ ਲਵਾਂਗੇ। ਹਾਂਜੀ, ਮਾਰ ਅਸੀਂ ਮਾਰ ਨਹੀਂ ਖਾਧੀ, ਸਾਡੀ ਪਰਫੋਰਮੈਂਸ ਡੇ ਬਾਈ ਡੇ ਬਹੁਤ ਵਧੀਆ। ਅਸੀਂ ਐਕਚੁਅਲੀ 2016 ਵਿੱਚ ਮਾਰ ਪੈ ਗਈ ਸਾਨੂੰ, ਜਿਹੜਾ ਕਿ ਸਾਡਾ ਮੈਡਲ ਬਰੋਂਜ਼ ਮੈਡਲ ਮਿਸ ਹੋ ਗਿਆ। ਉਸ ਤੋਂ ਬਾਅਦ ਅਸੀਂ ਪਰ ਡੇ ਪਰ ਯੀਅਰ ਅਸੀਂ ਕੰਟੀਨਿਊ ਅਪ ਜਾ ਰਹੇ ਹਾਂ। ਅਸੀਂ 2016 ਵਿੱਚ 106,000 ਮਿਸ ਕੀਤੀ, ਜਦਕਿ ਅਸੀਂ ਹੁਣ 2020 ਦੇ ਵਿੱਚ 119,000 ਦਾ ਵਰਲਡ ਰਿਕਾਰਡ ਕੀਤਾ, ਅਤੇ ਸਾਡੀ ਪਰਫੋਰਮੈਂਸ ਬਹੁਤ ਅੱਛੀ ਆ। ਅਸੀਂ ਇੱਦਾਂ ਹੀ ਚਾਹੁੰਦੇ ਹਾਂ ਵੀ ਸਾਨੂੰ ਜੋ ਟਾਈਮ ਮਿਲਦਾ ਅਸੀਂ ਹੋਰ ਵਧੀਆ ਪਰਫੋਰਮੈਂਸ ਲੈ ਕੇ ਗੋਲਡ ਦੇ ਦਾਅਵੇਦਾਰ ਹੋ ਰਹੇ ਹਾਂ। ਆਪ ਸਾਰੇ ਜਾਣਦੇ ਹੋ ਕਿ ਮੀਰਾਬਾਈ ਨੇ ਸਾਡੇ ਪੂਰੇ ਹਿੰਦੁਸਤਾਨ ਦਾ ਇੱਕ ਮਾਣ ਰੱਖਿਆ ਔਰ ਪੂਰੇ ਵਰਲਡ ਦੇ ਵਿੱਚ ਇੰਡੀਆ ਦੇ ਨਾਂ ਨੂੰ ਚਮਕਾਇਆ, ਤਾਂ ਕੰਛੀ ਦਾ ਤਗਮਾ ਪ੍ਰਾਪਤ ਕੀਤਾ। ਉਹਨਾਂ ਦੇ ਕੋਚ ਸਹਿਬਾਨ ਦਾ ਵੀ ਬਹੁਤ ਵੱਡਾ ਰੋਲ ਆ ਉਹਦੇ ਵਿੱਚ, ਕਿਉਂਕਿ ਕੋਚ ਐਕਚੁਅਲੀ ਖਿਡਾਰੀ ਦੀ ਮਾਂ ਹੁੰਦੀ ਆ, ਤਾਂ ਇਹਨੇ ਆਪਣਾ ਬਹੁਤ ਵਧੀਆ ਪਰਫੋਰਮੈਂਸ ਕੀਤੀ ਆ, ਜਿਹਦੇ ਨਾਲ ਅੱਜ ਸਾਰੇ ਇੰਡੀਆ ਦਾ ਜਿਹੜਾ ਮਾਣ ਆ ਉਹ ਪੂਰੇ ਪੂਰੇ ਵਰਲਡ ਦੇ ਵਿੱਚ ਛਾਇਆ ਗਿਆ। ਤਾਂ ਉਸ ਖੁਸ਼ੀ ਦੇ ਵਿੱਚ ਇਹਨਾਂ ਨੂੰ ਇਹ ਇੱਥੇ ਆਏ ਸੀਗੇ, ਤਾਂ ਇਹਨਾਂ ਨੂੰ ਅਸੀਂ ਸਨਮਾਨ ਕੀਤਾ ਆ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।